ਲੋਕਾਂ ਦੀਆਂ ਦੁਆਵਾਂ ਦੇ ਨਾਲ ਮੇਰੇ ਅੱਲਾ ਨੇ ਮੈਨੂੰ ਸਿਹਤ ਤੰਦਰੁਸਤ ਦਿੱਤੀ ਹੈ। ਦੁਆ ਲਵੋ ਪਲੀਜ਼, ਦੁਆਵਾਂ ਲਵੋ ਪਲੀਜ਼, ਦੁਆ ਲਵੋ, ਕੋਸ਼ਿਸ਼ ਕਰੋ ਕਿਸੇ ਕੋਲੋਂ ਬਦੁਆ ਨਾ ਲਵੋ। ਅੱਲਾ ਤਾਲਾ ਤੁਹਾਨੂੰ ਇੰਝ ਹੱਸਦੇ ਮੁਸਕਰਾਉਂਦੇ ਰੱਖਣ, ਇੰਝ ਖੁਸ਼ ਰਹੋ, ਅਤੇ ਖੁਦਾ ਦੀ ਕਸਮੇ ਉਹ ਜਿਹੜਾ ਚਿਹਰਾ ਪਹਿਲੇ ਸੀ ਅੱਜ ਵੀ ਉਹ ਵੀ। ਬਿਸਮਿਲ੍ਲਾ ਰਹਿਮਾਨ ਰਹੀਮ, ਮੇਰਾ ਨਾਮ ਹੈ ਅੱਲਾ ਰੱਖਾ ਪੈਪਸੀ। ਅੱਜ ਅਸੀਂ ਪਾਕਿਸਤਾਨ ਦੀ ਨਾਮਵਰ ਫਨਕਾਰਾ ਰੂਬੀ ਅਨਮ ਸਾਹਿਬਾ ਦੇ ਘਰ ਆਏ ਹਾਂ, ਅਤੇ ਅੱਲਾ ਪਾਕ ਉਹਨਾਂ ਨੂੰ ਤੰਦਰੁਸਤੀ ਦੇਵੇ, ਅਤੇ ਯਕੀਨ ਕਰੋ ਸਾਡੀ ਭੈਣ ਵੀ ਹੈ, ਸਾਡੀ ਮਾਂ ਵੀ ਹੈ, ਅਤੇ ਅੱਲਾ ਜਾਣਦਾ ਸਾਰੀ ਦੁਨੀਆ ਦੀਆਂ ਦੁਆਵਾਂ ਨਾਲ ਅੱਜ ਸਾਡੇ ਸਾਹਮਣੇ ਬੈਠੇ ਨੇ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਆਪਣੀ ਤੰਦਰੁਸਤੀ ਦੇ ਹਵਾਲੇ ਨਾਲ ਵੀ ਦੱਸਣਗੇ ਸਾਨੂੰ। ਜੀ ਮੈਡਮ, ਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਪਹਿਲਾਂ ਤਾਂ ਕਾਸਮੀ ਬਰਾਦਰਾਂਸ ਨੂੰ ਇਹਨਾਂ ਦਾ ਟੈਲੀਵਿਜ਼ਨ ਯੂਟਿਊਬ ਦੇ ਉੱਤੇ ਬਹੁਤ ਮੁਬਾਰਕ ਹੋਵੇ, ਇਹਨਾਂ ਨੇ ਅੱਛਾ ਕੰਮ ਕਰ ਰਹੇ ਨੇ। ਔਰ ਤੁਸੀਂ ਇਹਨਾਂ ਦੇ ਕੋਲ ਨੌਕਰੀ ਕਰਨਾ ਸ਼ੁਰੂ ਕਰ ਦਿੱਤੀ? ਨਹੀਂ ਜੀ, ਟਰੱਕ ਤੋਂ ਹੀ ਟਾਲਣਾ ਮੈਨੂੰ। ਅੱਛਾ, ਮੇਰੀ ਗੱਲ ਸੁਣ, ਦੋ ਚਾਵਾਂ ਭੇਜਣਾ, ਦੋ ਚਾਵਾਂ। ਅੱਛਾ ਠੀਕ ਹੈ, ਪਤੀ ਘੜ ਦੇ ਸਿਰ ਵੱਖਰਾ। ਅੱਛਾ ਅੱਛਾ, ਮੈਂ ਤਾਂ ਆਪਣੇ ਦੋਸਤਾਂ ਨੂੰ ਦੱਸਾਂਗੀ ਕਿ ਇਹ ਜਿਹੜਾ ਪ੍ਰੋਗਰਾਮ ਚੱਲ ਰਿਹਾ, ਇਹਦੇ ਵਿੱਚ ਮੇਰਾ ਵੀਰ ਮੈਨੂੰ ਪੁੱਛਣ ਵਾਸਤੇ ਆਇਆ, ਇਸ ਵਜ੍ਹਾ ਤੋਂ ਕਿ ਇਹ ਅਸੀਂ ਇੱਕ ਦੂਜੇ ਨਾਲ ਕਮੇਟੀਆਂ ਪਾ ਰਹੇ ਹੁੰਦੇ ਹਾਂ। ਇਹ ਅੱਜ ਮੇਰੇ ਘਰ ਪੁੱਛਣ ਆਇਆ, ਇੱਕ ਕਮੇਟੀ ਹੈ, ਇਹ ਇਹਦੀ ਮਿਹਰਬਾਨੀ ਨਹੀਂ ਹੈਗੀ, ਇਹਦਾ ਪਿਆਰ ਹੈ, ਇਹਦਾ ਫਰਜ਼ ਬਣਦਾ ਕਿ ਆਪਣੀ ਭੈਣ ਨੂੰ ਪੁੱਛਣ ਵਾਸਤੇ ਆਵੇ। ਔਰ ਮੈਨੂੰ ਜ਼ਿੰਦਗੀ ਔਰ ਸਿਹਤ, ਮੌਤ, ਰਿਜ਼ਕ, ਇਹ ਸਭ ਕੁਛ ਅੱਲਾ ਕੇ ਹੱਥ ਮੇਂ। ਮੈਨੂੰ ਸਿਹਤ ਤੰਦਰੁਸਤੀ ਮਿਲੀ ਹੈ, ਮੇਰੇ ਲੋਕ, ਮੇਰੇ ਭੈਣ ਭਰਾਵਾਂ ਦੇ ਤਫੈਲ, ਮੇਰੇ ਮਾਂ ਬਾਪ ਜਿਹੜੇ ਦੁਨੀਆਂ 'ਤੇ ਨਹੀਂ, ਉਹਨਾਂ ਦੀ ਦੁਆਵਾਂ ਸਨ, ਲੇਕਿਨ ਲੋਕਾਂ ਦੀਆਂ ਦੁਆਵਾਂ ਦੇ ਨਾਲ ਮੇਰੇ ਅੱਲਾ ਨੇ ਮੈਨੂੰ ਸਿਹਤ ਤੰਦਰੁਸਤ ਦਿੱਤੀ ਹੈ। ਦੁਆ ਲਵੋ ਪਲੀਜ਼, ਦੁਆਵਾਂ ਲਵੋ ਪਲੀਜ਼, ਦੁਆ ਲਵੋ, ਕੋਸ਼ਿਸ਼ ਕਰੋ ਕਿਸੇ ਕੋਲੋਂ ਬਦੁਆ ਨਾ ਲਵੋ, ਕਿਸੇ ਦੀ ਦਿਲ ਆਜ਼ਾਰੀ ਨਾ ਕਰੋ, ਕਿਸੇ ਦੇ ਵਾਸਤੇ ਵੀ ਮੈਂ ਤੁਹਾਨੂੰ ਇਹ ਕਹਾਂਗੀ, ਕਿਸੇ ਦਾ ਹੱਕ ਨਾ ਮਾਰੋ। ਤੁਸੀਂ ਅੱਜ ਕਿਸੇ ਦਾ ਹੱਕ ਮਾਰੋਗੇ, ਕੱਲ੍ਹ ਤੁਹਾਡਾ ਹੱਕ ਜ਼ਰੂਰ ਕੋਈ ਮਾਰਨ ਵਾਲਾ ਜੰਮ ਪਿਆ ਹੋਏਗਾ, ਸਾਨੂੰ ਨਹੀਂ ਪਤਾ ਹੁੰਦਾ। ਸਰ ਤੁਸੀਂ ਸੁਭਾਨ ਅੱਲਾ ਕਹਿ ਦਿੰਦੇ ਹੋ ਨਾ, ਅਤੇ ਅੱਲਾ ਮੈਂ ਜੰਨਤ 'ਚ ਤੁਹਾਡਾ ਪੌਦਾ ਲਾ ਦਿੰਦੇ, ਸਾਡੀ ਤਾਂ ਮੁਸਲਮਾਨਾਂ ਦੀ ਹੈ ਇੱਜ਼ਤ ਹੈ, ਅੱਲਾ ਤਾਲਾ ਨੇ ਸਾਨੂੰ ਐਡੀ ਰਹਿਮਤਾਂ ਕੀਤੀ ਹੈ। ਸੁਭਾਨ ਅੱਲਾ ਕਹਿਣ 'ਤੇ ਸਾਡੇ ਲਾ ਇਲਾਹਾ ਇੱਲੱਲਾਹ ਮੁਹੰਮਦ ਰਸੂਲ ਅੱਲਾ ਕਹਿਣ ਦੇ ਨਾਲ ਇਹੋ ਜਿਹੀ ਰਹਿਮਤ, ਇਹੋ ਜਿਹੀ ਬਰਕਤ ਆ ਜਾਂਦੀ ਹੈ ਕਿ ਸਾਨੂੰ ਪਤਾ ਹੀ ਨਹੀਂ ਹੈਗਾ। ਅਤੇ ਪਲੀਜ਼ ਅੱਲਾ ਨੂੰ ਵੀ ਯਾਦ ਕਰੋ, ਇਹ ਨਹੀਂ ਕਿ ਮੈਂ ਬਿਮਾਰ ਹੋਈ ਹਾਂ, ਯਕੀਨਨ ਬਿਮਾਰੀ 'ਚ ਤੁਸੀਂ ਖੁਦਾ ਦੇ ਨਜ਼ਦੀਕ ਚਲੇ ਜਾਂਦੇ ਹੋ ਮਜ਼ੀਦ, ਲੇਕਿਨ ਮੈਂ ਕਹਾਂਗੀ ਕਿਸੇ ਦਾ ਹੱਕ ਨਾ ਮਾਰੋ, ਉਹਨਾਂ ਅੱਥਰੂਆਂ ਤੋਂ ਡਰੋ ਜਿਹੜੇ ਅੱਖ 'ਚੋਂ ਨਿਕਲਣ ਦੇ ਬਜਾਏ ਦਿਲ 'ਚ ਡਿੱਗਣਗੇ। ਜਿਹੜਾ ਦਿਲ 'ਚ ਅੱਥਰੂ ਡਿੱਗਦਾ ਜੇ ਨਾ, ਉਹਦਾ ਹਿਸਾਬ ਰੱਬ ਫੌਰਨ ਲੈਂਦਾ ਜੇ। ਔਰ ਅਗਰ ਤੁਹਾਡਾ ਕਿਸੇ ਨੇ ਹੱਕ ਰੱਖ ਲਿਆ ਤਾਂ ਮਜ਼ਾ ਲਵੋ, ਕਿਉਂ ਭਲਾ, ਕਿਉਂਕਿ ਤੁਸੀਂ ਜਦੋਂ ਕਿਆਮਤ ਵਾਲੇ ਦਿਨ ਜਾਣਾ, ਉਹਦੀਆਂ ਨੇਕੀਆਂ ਘੜੇ 'ਚ ਤੁਹਾਡੇ ਕੋਲ, ਜਿਹਨੇ ਤੁਹਾਡੀ ਬੁਰਾਈ ਕੀਤੀ ਹੈ ਤੁਹਾਡੇ ਗੁਨਾਹ ਝੜ ਗਏ। ਇਹੋ ਜਿਹੇ ਕੰਮ ਕਹਿੰਦਾ ਹਾਏ ਵੇ ਅੱਲਾ ਰੱਖਿਆ, ਸੁਣ ਤੇ ਸਹੀ, ਪੜ ਅੱਲਾ ਤਾਲਾ ਕੀ ਫਰਮਾ ਰਹੇ ਨੇ। ਅੱਲਾ ਨੇ ਕਿਹਾ ਕਿ ਇਸ ਦੁਨੀਆਂ ਦੇ ਵਿੱਚ ਨਾ ਕੋਈ ਤੈਨੂੰ ਦੇ ਸਕਦਾ, ਨਾ ਤੈਨੂੰ ਕੋਈ ਲੈ ਸਕਦਾ, ਸਿਵਾਏ ਮੇਰੇ ਇਲਾਵਾ ਇੱਕ ਪੱਤਾ ਨਹੀਂ ਹਿੱਲ ਸਕਦਾ, ਤੇ ਕੌਣ ਕਿਸੇ ਦਾ ਬੁਰਾ ਕਰ ਸਕਦਾ, ਕੋਈ ਨਹੀਂ। ਮੈਂ ਉਹ ਤੈਨੂੰ ਕਿਸੇ ਨੇ ਘਟਾਤਾ, ਉਹਨੇ ਤੇ ਗੀਬਤ ਕੀਤੀ, ਉਹਨੇ ਬੁਰਾ ਕੀਤਾ, ਘਟਾਇਆ ਤੇਰਾ, ਅੱਲਾ ਨੇ ਤੇਰਾ ਸਫ਼ਰ ਹੀ ਨਹੀਂ ਸੀ ਲਿਖਿਆ। ਕਈ ਲੋਕਾਂ ਨਾਲ ਸਾਡਾ ਸਫ਼ਰ ਇੰਝ ਹੁੰਦਾ ਕਿ ਅਸੀਂ ਸੋਚਦੇ ਹਾਂ ਕਿ ਸਫ਼ਰ ਕਦੀ ਨਹੀਂ ਮੁੱਕੇਗਾ, ਲੇਕਿਨ ਰਸਤੇ 'ਚ ਮੁੱਕ ਜਾਂਦਾ। ਇੱਥੇ ਐਸੇ ਲੋਕ ਵੀ ਹੋਣੇ ਜਿਨ੍ਹਾਂ ਦੇ 50 ਸਾਲ ਸ਼ਾਦੀ ਨੂੰ ਹੋਣੇ ਅਤੇ ਤਲਾਕ ਹੋ ਗਈ। ਬੰਦਾ ਸੋਚਦਾ 50 ਸਾਲ ਤੋਂ ਬਾਅਦ ਤਲਾਕ ਹੋ ਗਈ, ਐਡੇ ਐਡੇ ਵੱਡੇ ਲੋਕ, ਇਹ ਸਫ਼ਰ ਅੱਲਾ ਨੇ ਮੁਕਾਣਾ ਸੀ ਕਿਤੇ ਜਗ੍ਹਾ 'ਤੇ। ਅਤੇ ਅੱਲਾ ਕੋਲ ਮਦਦ ਮੰਗੋ, ਇਸ ਚੈਨਲ ਦੇ ਥਰੂ ਅੱਛੇ ਕੰਮ ਕਰੋ, ਇਸ ਚੈਨਲ ਦੇ ਲੋਕ ਬਹੁਤ ਪਿਆਰੇ ਨੇ, ਉਹਨਾਂ ਦੇ ਨਾਲ ਤੁਰੋ, ਉਹਨਾਂ ਨੇ ਤੁਹਾਨੂੰ ਫ੍ਰੀ ਛੁੱਟੀ ਦਿੱਤੀ, ਤੁਸੀਂ ਪੰਜਾਬੀ 'ਚ ਕਰੋ, ਉਰਦੂ 'ਚ ਕਰੋ, ਤੂੰ ਬਹੁਤ ਮਿਹਨਤ ਕੀਤੀ ਹੈ, ਬਸ ਆਪਣਾ ਥੋੜ੍ਹਾ ਜਿਹਾ ਧਿਆਨ ਰੱਖਣਾ ਸ਼ੁਰੂ ਕਰ ਦੇ ਪੁੱਤਰ, ਅਤੇ ਅੱਲਾ ਖੈਰ ਸੱਲਾ ਸਭ ਠੀਕ ਹੋ ਜਾਏਗਾ ਇਨਸ਼ਾਅੱਲਾ ਇਨਸ਼ਾਅੱਲਾ। ਅਤੇ ਅਸੀਂ ਅੱਲਾ ਪਾਕ ਅੱਗੇ ਦੁਆ ਮੰਗਦੇ ਹਾਂ ਕਿ ਅੱਲਾ ਤਾਲਾ ਤੁਹਾਨੂੰ ਇੰਝ ਹੱਸਦੇ ਮੁਸਕਰਾਉਂਦੇ ਰੱਖਣ, ਇੰਝ ਖੁਸ਼ ਰਹੋ, ਅਤੇ ਖੁਦਾ ਦੀ ਕਸਮੇ ਉਹ ਜਿਹੜਾ ਚਿਹਰਾ ਪਹਿਲੇ ਸੀ ਅੱਜ ਵੀ ਉਹ ਵੀ, ਕਿਉਂਕਿ ਅੱਲਾ ਦਾ ਨੂਰ ਹੈ, ਕਿਉਂਕਿ ਅੱਲਾ ਤਾਲਾ ਤੁਹਾਨੂੰ ਸਲਾਮਤ ਰੱਖੇ ਪਾਕ ਪਰਵਰਦਿਗਾਰ, ਕਦੀ ਕੋਈ ਦੁੱਖ ਨਾ ਵਹਾਵੇ, ਹੈਂਜੀ, ਅਤੇ ਅੱਲਾ ਤਾਲਾ ਤੁਹਾਡੀਆਂ ਸਾਰੀਆਂ ਬਲਾਵਾਂ ਦੂਰ ਕਰੇ, ਹੈਂਜੀ, ਇੱਕੋ ਪਰਾਂ ਬਲਾ ਉਹ ਮੇਰੇ ਨੇੜੇ ਰਹੇ, ਅਤੇ ਇਹਦੀ ਮਿਹਰਬਾਨੀ, ਕਿਉਂਕਿ ਮੈਂ ਗਾਮੇਸ਼ਾ ਜਾ ਕੇ ਦੁਆ ਮੰਗਣੀ ਇਹਨਾਂ ਲਈ, ਫਿਰ ਮੈਂ ਦਾਤਾ ਸਾਹਿਬ ਵੀ ਜਾਣਾ, ਉੱਥੇ ਵੀ ਦੁਆ ਮੰਗਾਂਗਾ, ਹੋਰ ਪੀਰਾਂ ਫਕੀਰਾਂ 'ਤੇ ਜਾ ਕੇ ਮੰਗਾਂਗੀ। ਹਨੀ ਅਲਬੇਲਾ ਸਾਹਿਬ, ਕਿਉਂਕਿ ਉਹ ਵੀ ਇੰਟਰਵਿਊ ਦੇਣਗੇ, ਹਨੀ ਅਲਬੇਲਾ ਸਾਹਿਬ ਆ ਗਏ ਨੇ। ਬਿਸਮਿਲ੍ਲਾ 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 ਬਿਸਮਿਲ੍ਲਾ। ਹਨੀ ਅਲਬੇਲਾ ਸਾਹਿਬ ਪਾਕਿਸਤਾਨ ਦਾ ਵੱਡਾ ਨਾਂ, ਲੰਡਨ ਅਮਰੀਕਾ ਜਾਂ ਜਾਂਦੇ, ਜਿਵੇਂ ਇੱਥੋਂ ਸ਼ੇਹੂਪੁਰੇ ਜਾਈਦਾ, ਗੁਜਰਾਨੇ ਜਾਈਦਾ, ਹੈਂਜੀ, ਇਸਲਾਮਾਬਾਦ ਜਾਈਦਾ। ਜੀ ਹਨੀ ਸਾਹਿਬ, ਥੈਂਕ ਯੂ ਅੱਲਾ ਰੱਖਾ ਪੈਪਸੀ ਸਾਹਿਬ, ਔਰ ਮੇਰੀਆਂ ਬੜੀਆਂ ਦੁਆਵਾਂ ਨੇ ਮੇਰੇ ਇਸ ਭਰਾ ਵਾਸਤੇ, ਔਰ ਅੱਜ ਜਿੱਥੇ ਅਸੀਂ ਇਕੱਠੇ ਹੋਏ ਹਾਂ ਰੂਬੀ ਅਨਮ ਸਾਹਿਬਾ ਦੇ ਘਰ, ਇਹ ਮੇਰਾ ਆਪਣਾ ਘਰ ਹੈ, ਮੇਰੀ ਭੈਣ ਦਾ ਘਰ ਹੈ,
ਔਰ ਅੱਲਾ ਪਾਕ ਇਹਨਾਂ ਨੂੰ ਇਸੇ ਤਰ੍ਹਾਂ ਸਿਹਤਯਾਬ ਔਰ ਤੰਦਰੁਸਤੀਆਂ ਦੇਵੇ ਔਰ ਉਸੇ ਤਰ੍ਹਾਂ ਹੀ ਜਗਮਗਾਉਣ ਔਰ ਇਨਸ਼ਾਅੱਲਾ ਤੁਹਾਡੀ ਮੁਹੱਬਤ ਦੇ ਨਾਲ ਤੁਹਾਡੇ ਪਿਆਰ ਨਾਲ ਇਸੇ ਤਰ੍ਹਾਂ ਹੀ ਜਗਮਗਾ ਰਹੇ ਨੇ ਔਰ ਜਗਮਗਾਈ ਜਾਣਗੇ। ਅਤੇ ਰੱਖਾ ਸਾਹਿਬ ਤੁਸੀਂ ਇੰਟਰਵਿਊ ਲੈਣ ਆਏ ਹੋ ਅਤੇ ਹੋਰ ਮੈਂ ਤੁਹਾਡੇ ਕਿ ਮੈਂ ਤੰਬੀ ਲੈਣ ਆਇਆ ਤੁਹਾਡੇ ਵਰਗੇ ਮੈਂ ਖਲ ਲੈਣ ਆਉਂਦੇ ਨੇ ਪਤਾ। ਅੱਛਾ ਜੀ ਪਤਾ ਪੁੱਤਰ ਇਹ ਜੇ ਚੈਨਲ ਵਾਲੇ ਜਿਹੜੇ ਨੇ ਉਹ ਤਾਂ ਗਰੀਬ ਹੁੰਦੇ ਹੀ ਨੇ, ਯੂਟਿਊਬਰ ਮੋਸਟਲੀ ਗਰੀਬ ਹੁੰਦੇ ਨੇ, ਇੱਕ ਦੋ ਯੂਟਿਊਬਰਸ ਤੋਂ ਇਲਾਵਾ ਨਾ ਬਾਕੀ ਸਾਰੇ ਗਰੀਬ ਹੁੰਦੇ ਨੇ। ਅਤੇ ਪੁੱਤਰ ਇੱਕ ਪਾਊਡਰ ਦੀ ਡੱਬੀ ਮਾਈਕ ਹੋਲਡਰ ਕਰੋ ਹੈ, ਇੱਕ ਜਿਹੜੀ ਹੁੰਦੀ ਨਾ ਪਾਊਡਰ ਦੀ ਡੱਬੀ ਇਹ ਲੈਣੀ ਹੈ, ਇੱਕ ਪੇਸਟ ਅਤੇ ਇੱਕ ਬੁਰਸ਼ ਅਤੇ ਇੱਕ ਸਪਰੇ ਬੋਡੀ ਸਪਰੇ ਇੱਕ ਸਿਲੰਡਰ ਲੈਣਾ ਹੈ। ਉਹ ਕਾਹਦੇ ਲਈ? ਉਹ ਰਹਿਣਾ ਜਦੋਂ ਵੀ ਤੁਸੀਂ ਸ਼ੋ ਸਟਾਰਟ ਕਰਨਾ ਨਾ ਉਹ ਸਿਲੰਡਰ ਆਪਣੇ ਮੂੰਹ 'ਤੇ ਮਾਰਨਾ ਫਰੈਸ਼ ਹੋਣਾ। ਉਹ ਸਿਲੰਡਰ ਕਰ ਉਹ ਅੱਗ ਵਾਲਾ ਹੁੰਦਾ ਮੈਂ ਕਹਿਤ ਲਈ ਬਹੁਤ ਮਾੜਾ ਆ ਹੱਥ ਲਾਇਆ ਬਹੁਤ ਹੀ ਮਾੜਾ ਕਮਜ਼ੋਰ ਹੈ ਹਾਏ ਇੱਧਰ ਵੀ ਹੈ ਜੀ ਇਹ। ਅੱਛਾ ਅਤੇ ਉਹਨਾਂ ਨੂੰ ਕਹਿਣਾ ਹੈ ਇਹ ਪਤਾ ਕਿ ਪਾਊਡਰ ਲਾਉਣਾ ਪਹਿਲਾਂ ਪਾਊਡਰ ਪਹਿਲਾਂ ਪੇਸਟ ਕਰਨਾ ਹੈ ਤੁਸੀਂ ਨਾ ਪਾਊਡਰ ਜਿਹੜਾ ਨਾ ਖਾਣਾ ਹੈ ਠੀਕ ਹੈ ਜੀ। ਬੜਾ ਤੁਹਾਡਾ ਪਾਂਗਲੀ ਦੌਰੀ ਵਰਗਾ ਮੂੰਹ ਹੈ ਤੁਸੀਂ ਮੈਨੂੰ ਸਹੀ ਗੱਲ ਦੱਸੋ ਕੀ ਹੋ ਗਿਆ? ਬੜਾ ਤੁਹਾਡਾ ਮਾਯੂਸ ਬੱਕਰੀ ਵਰਗਾ ਮੂੰਹ ਹੈ ਠੀਕ ਹੈ ਜਿਹਨੂੰ ਜਦੋਂ ਅੱਗੋਂ ਪੱਠੇ ਚੁੱਕ ਲਏ ਜਾਂਦੇ ਤੁਸੀਂ ਤਾਂ ਬਹੁਤ ਹੀ ਖੂਬਸੂਰਤ ਹੋ ਜੇ ਘਰ ਪਲਿਆ ਭੇਡੂ ਹੁੰਦਾ। ਤੁਹਾਡੀ ਗੱਲ ਬਿਲਕੁਲ ਬਜਾਏ ਬਿਲਕੁਲ ਬਿਲਕੁਲ ਤਤੀ ਚਾਹ ਪਿਆਈ ਜਾਏ ਜੀ। ਅੱਛਾ ਜੀ ਇਹ ਮੇਰੇ ਭਾਈ ਮੇਰੇ ਸਵੀਟ ਬ੍ਰਦਰ ਮੇਰੇ ਕਾਕੇ ਪਹਿਲਾਂ ਮੂੰਹ ਤੇ ਪਾਊਡਰ ਲਾਣਾ ਠੀਕ ਹੋ ਗਿਆ, ਫਿਰ ਸੁਰਖੀ ਲਾਣੀ ਹੈ ਸੁਰਖੀ ਜੀ ਡੈਨ ਦਾ ਪਰਸ ਹੁੰਦਾ, ਫਿਰ ਸੁਰਮਾ ਪਾਣਾ ਹੈ ਹਾਂਜੀ ਔਰ ਉਸ ਤੋਂ ਬਾਅਦ ਤੁਸੀਂ ਨਹਿਰ ਤੇ ਖਲੋਣਾ। ਕਿੰਨੇ ਘੰਟੇ? ਨਹੀਂ ਤੁਸੀਂ 15 ਮਿੰਟ ਵੀ ਖਲੋਵੋ ਉਸ ਤੋਂ ਬਾਅਦ ਕੱਖ ਨਹੀਂ ਆਉਣਾ ਮੈਨੂੰ ਪਤਾ ਲੱਗ ਗਿਆ ਤੁਹਾਡਾ ਜੋ। ਅੱਛਾ ਮੈਂ ਤੁਹਾਨੂੰ ਬਾਰ ਬਾਰ ਇਹੋ ਹੀ ਕਹਾਂਗੀ ਕਿ ਜ਼ਿੰਦਗੀ ਬੜੀ ਖੂਬਸੂਰਤ ਹੈ ਅਤੇ ਤੁਸੀਂ ਨਾ ਆਪਣੇ ਆਪ ਨੂੰ ਵੀ ਖੂਬਸੂਰਤ ਕਰੋ, ਕੱਪੜੇ ਚੰਗੇ ਪਾਓ, ਕੱਪੜੇ ਕਦੀ ਮਹਿੰਗੇ ਨਹੀਂ ਹੁੰਦੇ ਇਹ ਗੱਲ ਯਾਦ ਰੱਖਣੀ ਹੈ। ਇਹ ਮੈਂ ਮਹਿੰਗੇ ਨਹੀਂ ਹੁੰਦੇ ਕੱਪੜੇ ਧੋਤੇ ਹੋਣੇ ਚਾਹੀਦੇ ਨੇ ਠੀਕ ਹੈ, ਅਗਲੇ ਸਸਤੇ ਹੋਣ ਜਾਂ ਮਹਿੰਗੇ ਹੋਣ ਲੇਕਿਨ ਇਹ ਵੈਸੇ ਪੈਂਟ ਸ਼ਰਟ ਦੇ ਵਿੱਚ ਆਪ ਹੀ ਅੱਲਾ ਰੱਖ ਬਹੁਤ ਅੱਛਾ ਲੱਗਦਾ। ਅਸੀਂ ਦੇ ਕੋਲ ਇੱਕ ਹਾਂ ਨਹੀਂ ਇੱਕ ਨਹੀਂ 8-9 ਪੈਂਟ ਕੋਟ ਨੇ ਔਰ ਮੈਂ ਕਿ ਲੰਡੇ ਵੇਚਦੇ ਤੇ ਵੱਜ ਕੀ ਹੋ ਗਏ? ਨਹੀਂ 8-9 ਨੇ ਮਾਸ਼ਾਅੱਲਾ ਪੈਂਟ ਕੋਟ, ਪੈਂਟ ਕੋਟ ਪਾ ਕੇ ਜਾਣਾ ਚੱਪਲ ਨਾਲ ਪਾਣੀ ਹੈ ਪੈਂਟ ਕੋਟ ਦੇ ਉੱਤੇ ਯਾਰ ਵੀ ਸਿਰ ਤੇ ਰੱਖਣੀ ਚੱਪਲ ਚੱਪਲ ਨਾਲ ਲੈ ਕੇ ਜਾਣਾ ਕਿਉਂਕਿ ਅੱਜ ਕੱਲ੍ਹ ਲੋਕ ਤੁਹਾਨੂੰ ਅੰਦਰ ਜਾਣ ਨਹੀਂ ਦਿੰਦੇ ਬੂਟ ਪਾ ਕੇ। ਹਾਂ ਇਹ ਵੀ ਗੱਲ ਸਹੀ ਠੀਕ ਹੈ ਅਤੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਅੱਛਾ ਕੰਮ ਕਰਨਾ ਠੀਕ ਹੋ ਔਰ ਮੂੰਹ ਦੇ ਕੋਲ ਮੂੰਹ ਨਹੀਂ ਲਿਜਾਣਾ ਕਿਉਂਕਿ ਕਈ ਲੋਕ ਐਸੇ ਹੁੰਦੇ ਨੇ ਜਿਹੜੇ ਤੁਹਾਨੂੰ ਇੰਟਰਵਿਊ ਨਹੀਂ ਦੇਣਗੇ ਕਿਉਂਕਿ ਤੂੰ ਤਾਂ ਸਾਡਾ ਬੱਚਾ ਹੈ ਮੇਰੀ ਤਾਂ ਲਿਖੀ ਬੇਟੇ ਠੀਕ ਹੈ ਔਰ ਤੇਰੀ ਮਿਹਰਬਾਨੀ ਅਗਰ ਕੋਈ ਬੰਦਾ ਡੈਂਟਿਸਟ ਹੈ ਅਤੇ ਇਹਨਾਂ ਨੂੰ ਮੈਂ ਕਹਾਂਗੀ ਪਲੀਜ਼ ਇਹਨਾਂ ਨੂੰ ਸਪੋਂਸਰ ਕਰ ਦਿਓ ਇਹਨਾਂ ਦੇ ਦੰਦਾਂ ਦੀ ਸਫਾਈ ਮੁਫਤ ਕਰ ਦਿਓ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹੋਵਾਂਗੀ ਔਰ ਅਗਰ ਕੋਈ ਕੋਈ ਸਪੋਂਸਰ ਹੈ ਤੇ ਇਹਨਾਂ ਨੂੰ ਅੱਲਾ ਦੇ ਵਾਸਤੇ 5-7 ਸੂਟ ਸਪੋਂਸਰ ਕਰ ਦਿਓ ਜਿਹੜੇ ਅੱਲਾ ਰੱਖਾ ਪੈਪਸੀ ਸਾਹਿਬ ਨੂੰ ਸਪੋਂਸਰ ਕਰਨ ਕੋਈ ਮਿੱਠਾ ਸੋਡਾ ਮਿੱਠੇ ਮਿੱਠੇ ਸੋਡੇ ਨਾਲ ਵੀ ਦਾਗ ਦਬੇ ਦੂਰ ਹਾਂਜੀ ਔਰ ਤੇਜ਼ਾਬ ਦੀ ਇੱਕ ਬੋਤਲ ਔਰ ਮੇਰੇ ਖਿਆਲ ਦੇ ਵਿੱਚ ਮੇਰੇ ਵੀਰ ਵਾਸਤੇ ਇੱਕ ਬੜਾ ਖੂਬਸੂਰਤ ਆ ਇੱਕ ਮੈਂ ਤੈਨੂੰ ਗੱਡੀ ਲੈ ਕੇ ਦੇਣੀ ਗੱਡੀ ਲੈ ਕੇ ਦੇਣੀ ਮੈਂ ਗੱਡੀ ਥੱਲੇ ਦੇਣਾ